ਭਾਜੀ ਅੱਜ ਜੋ ਇਹ ਗੇਟ ਦਾ ਉਦਘਾਟਨ ਕੀਤਾ ਗਿਆ ਪਹਿਲਾਂ ਸੁਸਾਇਟੀ ਵੱਲੋਂ ਇਹ ਸਕੂਲ ਬਣਾਇਆ ਗਿਆ ਫਿਰ ਤਕਰੀਬਨ ਸਾਲ ਪਹਿਲਾਂ ਹੀ ਹਜੇ ਇਹਨੂੰ 12ਵੀਂ ਤੱਕ ਜੋ ਮਾਨਤਾ ਪ੍ਰਾਪਤ ਕੀਤਾ ਗਿਆ ਔਰ ਅੱਜ ਇਹ ਗੇਟ ਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਆ ਭਈ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਬਚਨ ਹਨ ਉਪਦਿਓ ਗਿਆਨ ਹੂਆ ਪ੍ਰਗਾਸ ਜਿਸ ਦੇ ਮੇਰ ਸਦਕਾ ਹੀ ਸ੍ਰੀ ਗੁਰਦਾਸ ਸਾਧੂ ਸੰਪਰਦਾਇ ਪੰਜਾਬ ਹੋਂਦ ਵਿੱਚ ਆਈ 1964 ਵਿੱਚ ਉਦੋਂ ਤੋਂ ਲੈ ਕੇ ਉਪਰਾਲੇ ਕਰਦਿਆਂ ਹੋਇਆਂ ਕਰੀਬ 2005 ਵਿੱਚ ਪ੍ਰਧਾਨ ਸੰਤ ਵਾ ਨਰਮਦਾਸ ਜੀ ਬਣੇ ਚੇਅਰਮੈਨ ਸੰਤ ਵਾ ਸਰਮਦਾਸ ਜੀ ਬੋਂਡ ਦੀ ਅਗਵਾਈ ਹੇਠ ਉੱਚੇ ਸੁੱਤੇ ਖਿਆਲਾਂ ਨੂੰ ਮੁੱਖ ਰੱਖਦਿਆਂ ਸਤਿਗੁਰੂ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਂਦਿਆਂ ਹੋਇਆਂ ਜਿੱਥੇ ਅੱਜ CBSE ਸਕੂਲ ਝੂੜ ਵਾਲੇ ਜੋ 12ਵੀਂ ਕਲਾਸ ਤੱਕ ਮਾਨਤਾ ਪ੍ਰਾਪਤ ਹੈ ਅੱਗੇ ਕੀ ਉਪਰਾਲੇ ਚੱਲ ਰਹੇ ਬਹੁਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਆ ਗੁਰੂ ਲੋਕਾਂ ਦਾ ਜਿੱਥੇ ਵਿੱਦਿਆ ਦਾ ਚਾਨਣ ਆ ਉੱਥੇ ਸਕੂਲ ਵੀ ਸ਼ੁਰੂ ਕੀਤੇ ਜਾ ਰਹੇ ਆ ਉੱਥੇ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਇਹ ਵੀ ਜਾਗਰਿਤ ਕੀਤੀ ਜਾ ਰਹੀ ਆ ਜੇ ਆਪਣੀ ਸਿਹਤ ਦਾ ਖਿਆਲ ਜ਼ਰੂਰੀ ਆ ਜਿੱਥੇ ਸੰਤ ਬਾਬਾ ਨਰਮਦਾ ਜੀ ਬਾਬੇ ਜੋੜੇ ਹਸਪਤਾਲ ਦੀ ਸੇਵਾ ਨਿਭਾਉਂਦੇ ਨੇ ਉੱਥੇ ਇੱਕ ਜਗ੍ਹਾ ਜਗ੍ਹਾ ਲਾ ਕੇ ਕੈਂਪ ਵੀ ਲਗਾਉਂਦੇ ਨੇ ਅਤੇ ਸਾਡੇ ਮਹਾਂਪੁਰਸ਼ਾਂ ਨੂੰ ਵੱਖ ਵੱਖ ਸੈਟੀਆਂ ਬਣਾ ਕੇ ਸਕੂਲ ਵੀ ਖੋਲ੍ਹੇ ਜਾ ਰਹੇ ਆ ਅੱਜ ਅਸੀਂ ਮੌਜੂਦ ਹਾਂ ਜਲੰਧਰ ਤੋਂ ਹੁਸ਼ਿਆਰਪੁਰ ਰੋਡ ਹਾਈਵੇ ਦੇ ਉੱਤੇ ਮੌਜੂਦ ਹਾਂ ਤੁਸੀਂ ਦੇਖ ਸਕਦੇ ਕਿ ਪਿੱਛੇ ਸਾਡੇ ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ CBSE ਮਾਨਤਾ ਪ੍ਰਾਪਤ ਜੋ ਝੂੜਵਾਲੀ ਜਲੰਧਰ ਦੇ ਵਿੱਚ ਆ ਔਰ ਸਤਿਗੁਰੂ ਰਵਿਦਾਸ ਜੀ ਦੇ ਨਾਮ ਦੇ ਉੱਤੇ ਸਕੂਲ ਆ ਔਰ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿਸਟਰਡ ਪੰਜਾਬ ਵੱਲੋਂ ਜੋ ਇਹ ਸਕੂਲ ਚਲਾਇਆ ਜਾ ਰਿਹਾ ਅੱਜ ਅਸੀਂ ਹਾਈਵੇ 'ਤੇ ਮੌਜੂਦ ਹਾਂ ਔਰ ਇਸ ਸਕੂਲ ਨੂੰ ਅਗਰ ਦੇਖੀਏ ਕਿ ਸਕੂਲ ਦੇ ਲਈ ਇਹ ਜਿਹੜਾ ਹਾਈਵੇ ਦੇ ਉੱਤੇ ਗੇਟ ਬਣਾਇਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਦੇ ਵਿੱਚ ਔਰ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਸਲੇਮ ਟਾਪਰੀ ਲੁਧਿਆਣੇ ਤੋਂ ਸੰਤ ਸਰਵਣਦਾਸ ਜੀ ਜੋ ਇੱਥੇ ਅੱਜ ਮੌਜੂਦ ਨੇ ਔਰ ਇਸ ਗੇਟ ਦਾ ਉਦਘਾਟਨ ਕੀਤਾ ਗਿਆ ਸੰਤਾਂ ਮਹਾਂਪੁਰਸ਼ਾਂ ਤੋਂ ਜਾਣਾਂਗੇ ਇਸ ਗੇਟ ਬਾਰੇ ਔਰ ਹੋਰ ਇਹਨਾਂ ਦੇ ਜੋ ਬਚਨ ਨੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਜੈ ਗੁਰਦੇਵ ਮਹਾਰਾਜ ਜੀ ਧੰਨ ਗੁਰਦੇਵ ਜੀ ਬਾਬਾ ਜੀ ਅੱਜ ਜੋ ਇਹ ਗੇਟ ਦਾ ਉਦਘਾਟਨ ਕੀਤਾ ਗਿਆ ਪਹਿਲਾਂ ਸੁਸਾਇਟੀ ਵੱਲੋਂ ਇਹ ਸਕੂਲ ਬਣਾਇਆ ਗਿਆ ਫਿਰ ਤਕਰੀਬਨ ਸਾਲ ਪਹਿਲਾਂ ਹੀ ਹਜੇ ਇਹਨੂੰ 12ਵੀਂ ਤੱਕ ਜੋ ਮਾਨਤਾ ਪ੍ਰਾਪਤ ਕੀਤਾ ਗਿਆ ਔਰ ਅੱਜ ਇਹ ਗੇਟ ਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਚਾਹੁੰਦੇ ਆ ਭਈ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦੇ ਪਾਵਨ ਬਚਨ ਹਨ ਉਪਦਿਓ ਗਿਆਨ ਹੂਆ ਪ੍ਰਗਾਸ ਜਿਸ ਦੇ ਮੇਹਰ ਸਦਕਾ ਹੀ ਸ਼੍ਰੀ ਗੁਰਦਾਸ ਸਾਧੂ ਸੰਪਰਦਾਇ ਪੰਜਾਬ ਹੋਂਦ ਵਿੱਚ ਆਈ 1964 ਵਿੱਚ ਉਦੋਂ ਤੋਂ ਲੈ ਕੇ ਉਪਰਾਲੇ ਕਰਦਿਆਂ ਹੋਇਆਂ ਕਰੀਬ 2005 ਵਿੱਚ ਪ੍ਰਧਾਨ ਸੰਤ ਵਾ ਨਰਮਦਾਸ ਜੀ ਬਣੇ ਚੇਅਰਮੈਨ ਸੰਤ ਵਾ ਸਰਵਣਦਾਸ ਜੀ ਬੋਂਡ ਦੀ ਅਗਵਾਈ ਹੇਠ ਉੱਚੇ ਸੁੱਤੇ ਖਿਆਲਾਂ ਨੂੰ ਮੁੱਖ ਰੱਖਦਿਆਂ ਸਤਿਗੁਰੂ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਂਦਿਆਂ ਹੋਇਆਂ ਜਿੱਥੇ ਅੱਜ CBSE ਸਕੂਲ ਝੂੜ ਵਾਲੇ ਜੋ 12ਵੀਂ ਕਲਾਸ ਤੱਕ ਮਾਨਤਾ ਪ੍ਰਾਪਤ ਹੈ ਵਧਾਈ ਦੇ ਪਾਤਰ ਨੇ ਜੇ ਅੱਜ ਜਲੰਧਰ ਤੋਂ ਹੁਸ਼ਿਆਰਪੁਰ ਜੋ ਮੇਨ ਮਾਰਗ ਹੈ ਉਹਦੇ ਉੱਤੇ ਬਹੁਤ ਹੀ ਸੁੰਦਰ ਗੇਟ ਸ਼੍ਰੀ ਗੁਰਦਾਸ ਗੇਟ ਜਿਸ ਦੇ ਉੱਤੇ ਸ਼੍ਰੀ ਗੁਰਦਾਸ ਪਬਲਿਕ ਸਕੂਲ ਝੂੜ ਵਾਲੇ ਜੋ ਮਹਾਂਪੁਰਸ਼ਾਂ ਨੇ ਆਸ਼ੀਰਵਾਦ ਦਿੱਤਾ ਹੈ ਫੈਲੇ ਵਿੱਦਿਆ ਚਰਨ ਹੋਏ ਗੁਰਪ੍ਰਸਾਦੀ ਵਿੱਦਿਆ ਵਿਚਾਰੇ ਪੜ ਪੜ ਪਾਵੈ ਮਾਣ ਜਿੱਥੇ ਵਿੱਦਿਆ ਦਾ ਚਰਨ ਹੈ ਉੱਥੇ ਵੱਡੀਆਂ ਸੇਵਾਵਾਂ ਲੈਂਦਿਆਂ ਹੋਇਆਂ ਸਭਾ ਵੱਲੋਂ ਸ਼੍ਰੀ ਗੁਰਦਾਸ ਗੇਟ ਹਰਿਦੁਆਰ ਦੀ ਧਰਤੀ 'ਤੇ ਅਤੇ ਗੁਰੂਦਾਸ ਘਾਟ ਹਰਿਦੁਆਰ ਧਰਤੀ 'ਤੇ ਹਰ ਕੀ ਪੌੜੀ ਸ਼੍ਰੀ ਗੁਰਦਾਸ ਮੰਦਿਰ ਜੋ ਪੌੜੀਆਂ ਦੇ ਥੱਲੇ ਸੀ ਉਹਦਾ ਵੀ ਸੋਹਣਾ ਗੁੰਬਦ ਸਜਾਉਣ ਦੀ ਸੇਵਾ ਸਾਧੂ ਮਹਾਂਪੁਰਸ਼ਾਂ ਨੂੰ ਮਿਲੇ ਜਿੱਥੇ ਸੰਗਤਾਂ ਦੇ ਉਪਰਾਲੇ ਕੀਤੇ ਉੱਥੇ ਤੁਗਲਕਾਬਾਦ ਵਿਖੇ ਵੀ ਮਹਾਂਪੁਰਸ਼ਾਂ ਵੱਲੋਂ ਸੰਘਰਸ਼ ਕੀਤਾ ਗਿਆ ਭਾਵੇਂ ਅੱਡ ਉਹ ਜਿਹੜਾ ਸ਼੍ਰੀ ਗੁਰਦਾਸ ਮੰਦਿਰ ਤੁਗਲਕਾਬਾਦ ਆ ਸਰਕਾਰੀ ਸਾਜ਼ਿਸ਼ਾਂ ਕਾਰਨ ਜੋ ਅੱਡ ਵੀ ਤਾਲਾ ਲੱਗਾ ਹੋਇਆ ਹੈ ਭਾਵੇਂ ਸਮਾਜ ਨੂੰ ਗੁਰੂਦਾਸ ਨਾਮਾਂ ਨਾਲ ਸੰਗਤਾਂ ਨੂੰ ਪ੍ਰਾਪਤ ਨਹੀਂ ਹੋ ਸਕਿਆ ਪਰ ਸੰਗਤਾਂ ਦਾ ਸੰਘਰਸ਼ ਅੱਡ ਵੀ ਜਾਰੀ ਆ ਉਹ ਵੀ ਸਤਿਗੁਰੂ ਕਿਰਪਾ ਕਰਨਗੇ ਇਸੇ ਤਰ੍ਹਾਂ ਜਿਵੇਂ ਅੱਡ CBSE ਪਬਲਿਕ ਸਕੂਲ ਝੂੜ ਵਾਲੀ ਰਾਸ਼ਟਰੀ ਮਾਰਗ ਉੱਤੇ ਸੋਹਣਾ ਬੋਰਡ ਲੱਗਿਆ ਇਸੇ ਤਰ੍ਹਾਂ ਕਾਮਨਾ ਕਰਦੇ ਸਤਿਗੁਰੂ ਕਿਰਪਾ ਕਰਨ ਤੁਲਕਾਬਾਦ ਦੀ ਧਰਤੀ 'ਤੇ ਵੀ ਜੋ ਸਤਿਗੁਰਾਂ ਦਾ ਪਾਵਨ ਦਰਬਾਰ ਹੈ ਉਹ ਵੀ ਇੱਕ ਦਿਨ ਖੁੱਲ੍ਹੇਗਾ ਅਰਦਾਸਾਂ ਕਰਦੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਹਰ ਸਮੇਂ ਆਪਣੇ ਯੋਗਦਾਨ ਪਾਉਣ ਲਈ ਆਪਣਾ ਤਨ ਮਨ ਕੁਰਬਾਨ ਕਰਨ ਲਈ ਆਪਾਂ ਨੂੰ ਹਾਜ਼ਰ ਹੋਣਾ ਪਵੇ ਤਾਂਹੀਓ ਕੁਝ ਪ੍ਰਾਪਤੀ ਹੋਣੀ ਹੈ ਨਹੀਂ ਤਾਂ ਅੱਡ ਹਰ ਜੀਵ ਵੱਲੋਂ ਭਾਰਤ ਦੀ ਧਰਤੀ ਦੇ ਅੰਦਰ ਜੋ ਦੇਖਦੇ ਹਾਂ ਬੜਾ ਸਮਾਂ ਨਾਜੁਕ ਆ ਰਿਹਾ ਬੜਾ ਦੁਨੀਆ ਉਤਾੜਿਆ ਜਾ ਰਿਹਾ ਗਰੀਬ ਨੂੰ ਉਤਾੜਿਆ ਜਾ ਰਿਹਾ ਜੋ ਸਮਾਂ ਸਤਿਗੁਰੂ ਦਾਸ ਜੀ ਨੇ ਆਖਿਆ ਦਾਰ ਦੇਖ ਸਭ ਕੁਝ ਅਸੀਂ ਅੱਡਵੇ ਹਾਲਾਤ ਬੜੇ ਨਾਜੁਕ ਨੇ ਸਮੇਂ ਨੂੰ ਪਹਿਚਾਨਣਾ ਪਵੇਗਾ ਸੋ ਸਮੂਹ ਸੰਗਤਾਂ ਨੂੰ ਜਿੱਥੇ ਗੇਟ ਦੀਆਂ ਵਧਾਈਆਂ ਦਿੰਦੇ ਹਾਂ ਉੱਥੇ ਜਾਗਣ ਲਈ ਬੇਨਤੀ ਕਰਦੇ ਹਾਂ ਕਿ ਜਾ ਕੇ ਪਹਿਰਾ ਦੇਈਏ ਸਮੂਹ ਸੰਗਤਾਂ ਨੂੰ ਅੱਜ ਗੇਟ ਦੀ ਲੱਖ ਲੱਖ ਵਧਾਈ ਜੈ ਗੁਰਦੇਵ ਧੰਨ ਗੁਰਦੇਵ ਔਰ ਤੁਸੀਂ ਦੇਖ ਸਕਦੇ ਹਾਂ ਕਿ ਸਾਡੇ ਪਿੱਛੇ ਜੋ ਇਹ ਗੇਟ ਦਾ ਜੋ ਉਦਘਾਟਨ ਦਾ ਜੋ ਪ੍ਰੋਗਰਾਮ ਆ ਜੋ ਇਹ ਸਮਾਰੋਹ ਚੱਲ ਰਿਹਾ ਆ ਸੋ ਮਹਾਂਪੁਰਸ਼ਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿੱਦਾਂ ਕਿ ਇਹ ਜਿਹੜੀ ਸਤਿਗੁਰੂ ਰਵਿਦਾਸ ਜੀ ਦੇ ਨਾਮ ਦੇ ਉੱਤੇ ਸੁਸਾਇਟੀ ਬਣੀ ਸੰਤਾਂ ਮਹਾਂਪੁਰਸ਼ਾਂ ਦੀ ਇਸ ਤੋਂ ਇਲਾਵਾ ਅੱਗੇ ਕੀ ਉਪਰਾਲੇ ਚੱਲ ਰਹੇ ਆ ਹੋਰ ਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਬਹੁਤ ਮਹਾਂਪੁਰਸ਼ਾਂ 'ਤੇ ਆਸ਼ੀਰਵਾਦ ਆ ਗੁਰੂ ਲੋਕਾਂ ਦਾ ਜਿੱਥੇ ਵਿੱਦਿਆ ਦਾ ਚਾਨਣ ਆ ਉੱਥੇ ਸਕੂਲ ਵੀ ਸ਼ੁਰੂ ਕੀਤੇ ਜਾ ਰਹੇ ਆ ਉੱਥੇ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਇਹ ਵੀ ਜਾਗਰਿਤ ਕੀਤੀ ਜਾ ਰਹੀ ਆ ਜੇ ਆਪਣੀ ਸਿਹਤ ਦਾ ਖਿਆਲ ਜ਼ਰੂਰੀ ਆ ਜਿੱਥੇ
संत बाबा नर्मलदास जी बाबे जौड़े हस्पताल की सेवा निभाते हैं, उत्ते जगह जगह ला के कैंप भी लगाते हैं, तो साढ़े महापुरुषों वालों वख-वख सोसाइटियां बना के स्कूल भी खोले जा रहे हैं, तो होर भी जिथे जिथे लोड़वंद जरूरतों जिमें करोना चल रहा है सारे महापुरुषों वालों अपने अपने इलाके के अंदर बड़ा योगदान दिता गया। आप संगत सारिया जाणू पूरे पंजाब नहीं विश्व तो ही संगत का सहयोग तो संगत अज गुरुदास महाराज बाणी करके ही महापुरुषों के प्रचार सदका ही जो बीते समय तो महापुरुषों ने गुरुदास की बाणी लैके चले ने वह सदका ही अज ये जागृति आई है। आप अज मेन राष्ट्रीय मार्गते बच्चों लैके तो इलाके दंगतों को लै करके उगे शिक्षियों तक पहुँच करके अपना योगदान पाया ये अपने महापुरुषों का उपराला ही कह सकते हैं जो बचे बचे जागत रही आए। सो बाबा जी जिहड़े लोग जो संगत इस चैनल में देखदियां ने जो दर्शक देखते तुसीं उन्हां नूं अपने वालों की मैसेज देना चाहते असी कहना चाहेंगा जिहड़े फैन टीवी जो चैनल आ ये बहुत मेहनत कर रहे हैं बच्चे तो जिन्होंने मेहनत करके ही इत्थे तक मुकाम सतगुरु की मेहर सदका हासिल किया जो डॉक्टर भीम राव अंबेदकर जी का आशीर्वाद है इन्होंने बच्चों पर तो जिमें सतगुरु गुरुदास जी के बचन से गुरप्रसादी विद्या विचारी माधो अविद्या हितकीन दुनिया के अंदर अपने भारत के अंदर अपने जो पंजाब स्टेट के अंदर बड़ा योगदान ये फैन टीवी वालों पाया जा रहा सानू इन बच्चों तो सीध लैनी चाहिए है जिमें बचपन तो लैके हुण तक बच्चे मेहनत करते हैं तो एक मुकाम पर पुजे ने अगे भी अरदास करते हैं बच्चे पलांघा पुटन तो जिहड़ा समाज आ बच्चे साढ़े इन्हां तों सीध लै करके समर्पित हो करके अपने जीवन में होर रोशन करके ज्ञान नाल प्रकाश करके जिते विद्या हासिल करनी आ उत्थे समाज लई भी देश लई भी तरक्की विच अपना हिस्सा पाउण। तो मैं बधाई दिंदा फैन टीवी चैनल में जो बच्चे बहुत मेहनत करते हैं इन्हों का सहयोग दिता जाए इन्ह हर विचार ध्यान दे नाल सुन के अपने हिरदे विच वसा के जिंदगी तरक्किया ते चलिया जा सकता। सो बहुत बहुत धन्यवाद जय गुरुदेव जी धन गुरुदेव। सो जिदा कि तुसी देख सकते हो कि असी अज जलंधर तो हुशियारपुर नैशनल हाईवे ते मौजूद हाँ तुसी देख सकते हो कि पिछे मेरे जो सतगुरु रविदास महाराज जी के नाम से जो गेट का अज उद्घाटन किया गया सो संत महापुरशां नाल भी अज विचार वटांदरा किया गया। सो साडे नाल मौजूद सीगे संत सरवणदास जी सलेम टापरी लुधियाने वाले। तुसी इसे तरह नवीं खबरां देखने लई चैनल नूं सबसक्राइब करो लाइक करो शेयर करो कमेंट करो और कमेंट्स दे विच अपनी राय जरूर दिया करो। दे इजाजत धन्यवाद।